ਅਸੀਂ ਇਸ ਵੀਡੀਓ ਵਿੱਚ ਮੈਟ੍ਰਿਕਸ ਨਾਲ ਰਿਲੇਟਡ ਕੁਐਸਚਨ ਕਰਾਂਗੇ। ਕੁਐਸਚਨ ਹੈਗਾ ਇਫ ਏ ਮੈਟ੍ਰਿਕਸ ਦਿੱਤਾ ਹੋਇਆ ਵਾ ਏ ਬੀ ਸੀ ਡੀ ਐਂਡ 1 ਇਜ਼ ਇਕੁਅਲ ਟੂ 1 0 0 1 ਦਿੱਤਾ ਹੋਇਆ। ਸ਼ੋਅ ਕਰਨਾ ਅਸੀਂ ਪਰੂਫ ਕਰਨਾ ਵਾ ਏ ਸਕੇਅਰ ਮਾਈਨਸ ਏ ਪਲੱਸ ਡੀ ਇੰਟੂ ਏ ਮੈਟ੍ਰਿਕਸ ਇਜ਼ ਇਕੁਅਲ ਟੂ ਬੀ ਸੀ ਮਾਈਨਸ ਏ ਡੀ ਇੰਟੂ 1। ਲੈਫਟ ਸਾਈਡ ਇਕੁਅਲ ਟੂ ਰਾਈਟ ਸਾਈਡ ਅਸੀਂ ਇਹੀ ਪਰੂਫ ਕਰਨਾ ਵਾ ਕੁਐਸਚਨ ਦੇ ਵਿੱਚ। ਸਭ ਤੋਂ ਪਹਿਲਾਂ ਅਸੀਂ ਏ ਸਕੇਅਰ ਕਰਾਂਗੇ, ਲੈਫਟ ਸਾਈਡ ਲਵਾਂਗੇ ਅਸੀਂ ਏ ਸਕੇਅਰ, ਇਹ ਹੋਊਗਾ ਸਾਡੇ ਕੋਲ ਏ ਇੰਟੂ ਏ ਇਜ਼ੀਕਲ ਟੂ ਏ ਬੀ ਸੀ ਡੀ ਇੰਟੂ ਏ ਬੀ ਸੀ ਡੀ, ਮਲਟੀਪਲਾਈ ਕਰਾਂਗੇ ਏ ਸਕੇਅਰ ਇਜ਼ੀਕਲ ਟੂ ਆ ਗਿਆ ਸਾਡੇ ਕੋਲ। ਪਹਿਲਾਂ ਫਸਟ ਰੋ ਨੂੰ ਫਸਟ ਕੋਲਮ ਨਾਲ ਕਰਾਂਗੇ, ਏ ਇੰਟੂ ਏ ਪਲੱਸ ਬੀ ਇੰਟੂ ਸੀ। ਅੱਗੇ ਫਸਟ ਰੋ ਨੂੰ ਸੈਕਿੰਡ ਕੋਲਮ ਨਾਲ ਕਰਾਂਗੇ, ਏ ਇੰਟੂ ਬੀ ਪਲੱਸ ਬੀ ਇੰਟੂ ਡੀ। ਫਿਰ ਸੈਕਿੰਡ ਰੋ ਨੂੰ ਫਸਟ ਕੋਲਮ ਨਾਲ, ਏ ਇੰਟੂ ਸੀ ਪਲੱਸ ਡੀ ਸੀ ਇੰਟੂ ਡੀ। ਫਿਰ ਸੈਕਿੰਡ ਰੋ ਨੂੰ ਸੈਕਿੰਡ ਕੋਲਮ ਨਾਲ, ਬੀ ਇੰਟੂ ਸੀ ਪਲੱਸ ਡੀ ਇੰਟੂ ਡੀ। ਇਹ ਆ ਗਿਆ ਸਾਡੇ ਕੋਲ ਏ ਸਕੇਅਰ ਇਜ਼ੀਕਲ ਟੂ ਏ ਸਕੇਅਰ ਪਲੱਸ ਬੀ ਸੀ ਏ ਬੀ ਪਲੱਸ ਬੀ ਡੀ ਏ ਸੀ ਪਲੱਸ ਸੀ ਡੀ ਬੀ ਸੀ ਪਲੱਸ ਡੀ ਸਕੇਅਰ। ਇਹ ਸਾਡੇ ਕੋਲ ਆ ਗਿਆ ਏ ਦਾ ਸਕੇਅਰ। ਉਦੋਂ ਬਾਅਦ ਅਸੀਂ ਸ਼ੋ ਕੀ ਕਰਨਾ ਵਾ ਲੈਫਟ ਸਾਈਡ 'ਤੇ, ਏ ਸਕੇਅਰ ਲੈਫਟ ਸਾਈਡ ਏ ਸਕੇਅਰ ਮਾਈਨਸ ਏ ਪਲੱਸ ਡੀ ਇੰਟੂ ਏ। ਏ ਸਕੇਅਰ ਸਾਡੇ ਕੋਲ ਕਿਹੜਾ ਆ ਗਿਆ, ਏ ਸਕੇਅਰ ਸਾਡੇ ਕੋਲ ਆ ਗਿਆ ਇਕੁਅਲ ਕਿਹਦੀ ਆਇਆ, ਏ ਸਕੇਅਰ ਪਲੱਸ ਬੀ ਸੀ ਬੀ ਡੀ ਪਲੱਸ ਏ ਬੀ ਸੋਰੀ ਏ ਬੀ ਪਲੱਸ ਬੀ ਡੀ ਏ ਸੀ ਪਲੱਸ ਸੀ ਡੀ ਬੀ ਸੀ ਪਲੱਸ ਡੀ ਸਕੇਅਰ। ਇਹ ਆ ਗਿਆ ਸਾਡੇ ਕੋਲ ਏ ਦੇ ਸਕੇਅਰ ਮਾਈਨਸ ਏ ਪਲੱਸ ਡੀ ਇੰਟੂ ਏ ਮੈਟ੍ਰਿਕਸ ਲਿਖਣਾ ਏ ਬੀ ਸੀ ਡੀ। ਅੱਗੇ ਏ ਸਕੇਅਰ ਪਲੱਸ ਬੀ ਸੀ ਏ ਬੀ ਪਲੱਸ ਬੀ ਡੀ ਏ ਸੀ ਪਲੱਸ ਸੀ ਡੀ ਬੀ ਸੀ ਪਲੱਸ ਡੀ ਸਕੇਅਰ ਮਾਈਨਸ, ਪਹਿਲਾਂ ਅਸੀਂ ਏ ਪਲੱਸ ਡੀ ਨੂੰ ਏ ਨਾਲ ਮਲਟੀਪਲਾਈ ਕਰਾਂਗੇ। ਸਾਡੇ ਕੋਲ ਆ ਗਿਆ ਏ ਪਲੱਸ ਡੀ ਇੰਟੂ ਏ। ਫਿਰ ਅਸੀਂ ਇਹਨੂੰ ਪਹਿਲਾਂ ਅਸੀਂ ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ, ਫਿਰ ਅਸੀਂ ਕਰਾਂਗੇ ਇਹਨੂੰ ਏ ਫਸਟ ਰੋ ਮਤਲਬ ਸੋਰੀ ਰੋ ਨਹੀਂ, ਇਹਨੂੰ ਪਹਿਲਾਂ ਅਸੀਂ ਇਹਦੇ ਨਾਲ ਕੀਤਾ ਫਿਰ ਅਸੀਂ ਇਹਨੂੰ ਇਹਦੇ ਨਾਲ ਕੀਤਾ ਏ ਪਲੱਸ ਡੀ ਇੰਟੂ ਬੀ, ਫਿਰ ਇਹਨੂੰ ਅਸੀਂ ਸੀ ਨਾਲ ਕੀਤਾ ਏ ਪਲੱਸ ਡੀ ਇੰਟੂ ਸੀ, ਅੱਗੇ ਏ ਪਲੱਸ
ਡੀ ਇੰਟੂ ਡੀ। ਇਹ ਆ ਗਿਆ ਸਾਡੇ ਕੋਲ ਏ ਸਕੇਅਰ ਪਲੱਸ ਬੀ ਸਕੇਅਰ, ਏ ਬੀ ਪਲੱਸ ਬੀ ਡੀ, ਏ ਸੀ ਪਲੱਸ ਸੀ ਡੀ, ਬੀ ਸੀ ਪਲੱਸ ਡੀ ਸਕੇਅਰ, ਮਾਈਨਸ ਇੱਥੇ ਆ ਜੂ ਸਾਡੇ ਕੋਲ ਏ ਸਕੇਅਰ ਪਲੱਸ ਏ ਡੀ, ਇੱਥੇ ਆ ਜੂ ਸਾਡੇ ਕੋਲ ਏ ਬੀ ਪਲੱਸ ਬੀ ਡੀ, ਇੱਥੇ ਆ ਜੂ ਏ ਸੀ ਪਲੱਸ ਸੀ ਡੀ, ਇੱਥੇ ਆ ਜੂ ਏ ਡੀ, ਇਹਨੂੰ ਡੀ ਨੂੰ ਮਲਟੀਪਲਾਈ ਕਰਾਂਗੇ ਅੰਦਰ, ਏ ਡੀ ਪਲੱਸ ਡੀ ਸਕੇਅਰ। ਹੁਣ ਅਸੀਂ ਇਹਨੂੰ ਇਕੱਠਾ ਕਰ ਲਾਂਗੇ, ਏ ਸਕੇਅਰ ਪਲੱਸ ਬੀ ਸੀ, ਇਹਨੂੰ ਇਹਦੇ ਵਿੱਚੋਂ ਮਾਈਨਸ ਕਰ ਦਾਂਗੇ, ਮਾਈਨਸ ਏ ਸਕੇਅਰ ਪਲੱਸ ਏ ਡੀ, ਸੋਰੀ ਮਾਈਨਸ, ਕਿਉਂਕਿ ਸਾਈਨ ਮਾਈਨਸ ਦੇ ਵਿੱਚ ਇੱਥੇ ਮਾਈਨਸ ਲੱਗ ਜੂ ਇੱਥੇ ਵੀ। ਹੁਣ ਅੱਗੇ ਆਹ ਲਿਖਾਂਗੇ ਏ ਬੀ ਪਲੱਸ ਬੀ ਡੀ, ਇਹ ਮਾਈਨਸ ਏ ਬੀ ਹੋਜੂ ਮਾਈਨਸ ਬੀ ਡੀ। ਅੱਗੇ ਏ ਸੀ ਪਲੱਸ ਸੀ ਡੀ ਮਾਈਨਸ ਏ ਸੀ ਮਾਈਨਸ ਸੀ ਡੀ, ਆਹ ਹੋਜੂ ਬੀ ਸੀ ਪਲੱਸ ਡੀ ਸਕੇਅਰ ਮਾਈਨਸ ਏ ਡੀ ਮਾਈਨਸ ਡੀ ਸਕੇਅਰ। ਹੁਣ ਅਸੀਂ ਦੇਖਣਾ ਆਹ ਇਹਦੇ ਨਾਲ ਇਕੱਠ ਹੋ ਗਿਆ, ਆਹ ਇਹਦੇ ਨਾਲ ਇਕੱਠ ਹੋ ਗਿਆ, ਆਹ ਇਹਦੇ ਨਾਲ ਇਕੱਠ ਹੋ ਗਿਆ, ਇਹਦੇ ਵਿੱਚ ਏ ਬੀ ਨਾਲ ਇਕੱਠ ਹੋ ਗਿਆ, ਬੀ ਡੀ ਨਾਲ ਇਕੱਠ ਹੋ ਗਿਆ, ਇਹਦੇ ਵਿੱਚ ਡੀ ਨਾਲ ਡੀ ਇਕੱਠ ਹੋ ਗਿਆ, ਅਤੇ ਸਾਡੇ ਕੋਲ ਕੀ ਬਚ ਗਿਆ, ਸਾਡੇ ਕੋਲ ਰਹਿ ਗਿਆ ਇਹ 'ਚ ਬੀ ਸੀ ਮਾਈਨਸ ਏ ਡੀ, ਨੀਚੇ ਰਹਿ ਗਿਆ ਸਾਡੇ ਕੋਲ ਇੱਥੇ ਜ਼ੀਰੋ, ਇੱਥੇ ਰਹਿ ਗਿਆ ਸਾਡੇ ਕੋਲ ਫੇਰ ਜ਼ੀਰੋ, ਅਤੇ ਬੀ ਸੀ ਮਾਈਨਸ ਏ ਡੀ ਆਹ ਬਚ ਗਿਆ। ਇਹਨਾਂ ਦੇ ਵਿੱਚੋਂ ਅਸੀਂ ਬੀ ਸੀ ਮਾਈਨਸ ਏ ਡੀ ਆਹ ਸੇਮ ਆ, ਇਹਨੂੰ ਅਸੀਂ ਕੋਮਨ ਕੱਢ ਲਿਆ ਅਤੇ ਸਾਡੇ ਕੋਲ ਬਚ ਗਿਆ 1001। ਇਹੀ ਅਸੀਂ ਪਰੂਫ ਕਰਨਾ ਸੀ ਲੈਫਟ ਸਾਈਡ, ਲੈਫਟ ਸਾਈਡ ਸਾਡੇ ਕੋਲ ਸੀਗੀ ਕੁਐਸਚਨ ਦੇ ਵਿੱਚ ਬੀ ਸੀ ਮਾਈਨਸ ਏ ਡੀ ਇੰਟੂ 1, ਇਹੀ ਅਸੀਂ ਪਰੂਫ ਕੀਤਾ। ਜਿਹੜੀ ਆ ਸਾਈਡ ਆ ਗਈ ਲੈਫਟ ਸਾਈਡ ਸਾਡੇ ਕੋਲ ਆ ਗਈ ਆਹ ਵਾਲੀ, ਅਤੇ ਰਾਈਟ ਸਾਈਡ ਸਾਡੇ ਕੋਲ ਸੀਗੀ ਗਿਵਨ ਸੀ ਲੈਫਟ ਸਾਈਡ ਇਕੁਅਲ ਟੂ ਰਾਈਟ ਸਾਈਡ, ਇਹੀ ਅਸੀਂ ਪਰੂਫ ਕਰਨਾ ਸੀਗਾ, ਇਹ ਅਸੀਂ ਪਰੂਫ ਕਰਤਾ। ਇਹ ਸੀਗਾ ਮੈਟ੍ਰਿਕਸ ਦਾ ਲੈਫਟ ਸਾਈਡ ਇਕੁਅਲ ਟੂ ਰਾਈਟ ਸਾਈਡ, ਇਹੀ ਅਸੀਂ ਕੁਐਸਚਨ ਦੇ ਵਿੱਚ ਪਰੂਫ ਕੀਤਾ। ਜੇਕਰ ਤੁਹਾਨੂੰ ਸਾਡਾ ਸਮ ਸਮਝ ਲੱਗ ਗਿਆ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।